ਕੀਤਾ ਗਿਆ ਔਰ ਜਿਹੜੀ ਇਹ ਲਾਅ ਐਂਡ ਆਰਡਰ ਦੀ ਸਾਰੀ ਸਥਿਤੀ ਦਾ ਜਾਇਜ਼ਾ ਅਸੀਂ ਹਰ ਰੋਜ਼ ਕਮਿਸ਼ਨਰੇਟ ਏਰੀਆ ਔਰ ਰੂਰਲ ਏਰੀਆ ਦੋਵੇਂ ਪਾਸੇ ਅਸੀਂ ਦੇਖ ਰਹੇ ਹਾਂ ਇਹਨੂੰ ਔਰ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਲੋਕ ਹੁਣ ਆਪਦੇ ਆਪ ਇਸ 'ਚ ਬੜੇ ਵੱਡੇ ਪੱਧਰ 'ਤੇ ਸਹਿਯੋਗ ਕਰ ਰਹੇ ਹੈ ਜਿਵੇਂ ਪਿੰਡਾਂ 'ਚ ਠੀਕਰੀ ਪਹਿਰੇ ਲੱਗੇ ਸੀ ਉੱਦਾਂ ਹੀ ਹੁਣ ਸ਼ਹਿਰਾਂ ਦੇ ਵਾਰਡ ਵੀ ਜਿਹੜੇ ਮੂਹਰੇ ਆ ਰਹੇ ਆ ਇਸ ਗੱਲ ਲਈ ਕਿ ਆਪਦੇ ਵਾਰਡਾਂ ਨੂੰ ਆਪਦੇ ਏਰੀਏ ਨੂੰ ਖੁਦ ਸੀਲ ਕਰਕੇ ਉਹਨੂੰ ਬਿਮਾਰੀ ਤੋਂ ਬਚਾਇਆ ਜਾਵੇ ਅਤੇ ਜਿਹੜੀ ਅਨਸੈਸਰੀ ਮੂਵਮੈਂਟ ਹੈ ਲੋਕਾਂ ਦੀ ਉਹ ਲੋਕ ਵਲੰਟੈਰਲੀ ਇਸ ਗੱਲ ਲਈ ਮੂਹਰੇ ਆ ਰਹੇ ਨੇ ਕਿ ਇਹਨੂੰ ਅਵੋਇਡ ਕੀਤਾ ਜਾਵੇ ਇੱਕ ਰੇ ਆਫ ਹੋਪ ਇਹੀ ਹੈ ਕਿ ਵੀ ਪਿਛਲੇ 8 ਦਿਨਾਂ 'ਚ ਸਿਰਫ ਇੱਕ ਪੋਜ਼ਿਟਿਵ ਕੇਸ ਜਿਹੜਾ ਆਇਆ ਉਹ ਡਾਇਰੈਕਟਲੀ ਟਰੇਸੇਬਲ ਹੈ ਜਿਹੜੇ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਨੇ ਉਹਨਾਂ ਦੀ ਬੇਟੀ ਦਾ ਇੱਕ ਕੇਸ ਆਇਆ ਜੋ ਕਿ ਸਿੱਧਾ ਉਹਨਾਂ ਦੇ ਨਾਲ ਰਿਲੇਟਡ ਹੈਗਾ ਕੋਈ ਕਮਿਊਨਿਟੀ ਸਪਰੈਡ ਦੇ ਤੌਰ 'ਤੇ ਕੋਈ ਵੀ ਐਸਾ ਕੇਸ ਨਹੀਂ ਆਇਆ ਜਿਹੜਾ ਅਨਐਕਸਪਲੇਨਡ ਹੋਵੇ ਜਦੋਂ ਅਨਐਕਸਪਲੇਨਡ ਕੇਸਿਸ ਆਉਣੇ ਸ਼ੁਰੂ ਹੁੰਦੇ ਨੇ ਉਹ ਜ਼ਿਆਦਾ ਚਿੰਤਾ ਦਾ ਵਿਸ਼ਾ ਹੁੰਦੇ ਨੇ ਬਟ ਨੰਦਲੈਸ ਇਹਦਾ ਇਹ ਮਤਲਬ ਨਹੀਂ ਕਿ ਆਪਾਂ ਕੰਪਲੇਸੈਂਟ ਹੋ ਜਾਈਏ ਅਜੇ ਇਹ ਲੜਾਈ ਲੰਬੀ ਹੈਗੀ ਹੈ ਅਜੇ ਵੀ ਮੈਂ ਦੇਖਦਾ ਇਸ 'ਚ ਅੱਜ ਮੈਂ ਇੱਕ ਸਪੈਸ਼ਲ ਅਪੀਲ ਸਾਰੀਆਂ ਜਿਹੜੀਆਂ ਮਾਤਾਵਾਂ ਨੇ ਉਹਨਾਂ ਨੂੰ ਕਰਨਾ ਚਾਹੂੰਗਾ ਕਿ ਬਿਮਾਰੀ ਬੜੀ ਮਾੜੀ ਹੈ ਅੱਜ ਮੈਂ ਟੀ ਵੀ 'ਤੇ ਸੱਚੀ ਹੈ ਝੂਠੀ ਹੈ ਮੈਨੂੰ ਨਹੀਂ ਪਤਾ ਲੱਗਦਾ ਕਈ ਵਾਰੀ ਇੱਕਦਮ ਖਬਰਾਂ ਫਲੈਸ਼ ਹੋ ਜਾਂਦੀਆਂ ਅੱਜ ਮੈਂ ਖਬਰ ਸੁਣ ਰਿਹਾ ਸੀ ਕਿ ਕਿਸੇ ਪਰਿਵਾਰ ਨੇ ਕੋਈ ਬਜ਼ੁਰਗ ਮਾਤਾ ਦੀ ਮੌਤ ਹੋ ਗਈ ਹੋਣੀ ਹੈ ਉਹਦੀ ਜਿਹੜੀ ਹੈ ਡੈੱਡ ਬੋਡੀ ਲੈਣ ਤੋਂ ਮਨਾ ਕਰਤਾ ਔਰ ਉੱਥੋਂ ਦਾ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਉਸ ਡੈੱਡ ਬੋਡੀ ਦਾ ਜਿਹੜਾ ਸੰਸਕਾਰ ਕਰਨਾ ਪਿਆ ਇਹ ਜਿਹੜੀ ਬਿਮਾਰੀ ਹੈ ਬੜੀ ਖਤਰਨਾਕ ਹੈ ਔਰ ਦੁਨੀਆ 'ਚ ਕੋਈ ਬੰਦਾ ਐਸਾ ਨਹੀਂ ਵੀ ਜਿਹਦੀ ਮਾਂ ਨਾ ਹੋਵੇ ਜੇ ਮਾਂ ਹੈ ਤਾਂ ਹੀ ਜੰਮਦਾ ਹੈ ਮਾਂ ਹੀ ਆਪਦੇ ਬੱਚੇ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੀ ਹੈ ਅਤੇ ਅੱਜ ਦੀ ਇਸ ਘਟਨਾ ਤੋਂ ਬਾਅਦ ਸਾਰੀਆਂ ਮਾਤਾਵਾਂ ਨੂੰ ਆਪਣੇ ਮਨ ਨੂੰ ਪੁੱਛਣਾ ਚਾਹੀਦਾ ਵੀ ਉਹਨਾਂ ਨੂੰ ਆਪਦੇ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਣਾ ਚਾਹੀਦਾ ਕਿ ਨਹੀਂ ਜਿਹੜੇ ਲੋਕ ਇਹ ਬਾਹਰ ਸੜਕਾਂ 'ਤੇ ਤੁਰੇ ਫਿਰ ਰਹੇ ਆ ਅਸੀਂ ਸਖਤੀ ਨਾਲ ਕਿੰਨਾ ਕੁ ਸਮਾਂ ਇਹਨਾਂ ਨੂੰ ਰੋਕਾਂਗੇ ਅਸੀਂ ਤਾਂ ਆਪਦੀ ਡਿਊਟੀ ਨਿਭਾਈ ਰਹੇ ਹਾਂ ਪਰ ਮਾਤਾਵਾਂ ਜੇ ਉਹਨਾਂ ਨੂੰ ਵਾਕਈ ਮਨੋਂ ਚਾਹੁੰਦੀਆਂ ਨੇ ਜਦੋਂ ਦੇੜੀ ਟੱਪਦੇ ਨੇ ਉਹ ਤਾਕੀਦ ਕਰਨ ਉਹ ਸਖਤੀ ਕਰਨ ਕਿਉਂਕਿ ਇਹਦਾ ਜਿਹੜਾ ਸੰਤਾਪ ਹੈ ਉਹ ਪਰਿਵਾਰ 'ਤੇ ਜਦੋਂ ਡਿੱਗ ਪੈਂਦਾ ਹੈ ਨਾ ਜਦੋਂ 14 ਦਿਨਾਂ ਲਈ ਬੰਦਾ ਆਈਸੋਲੇਸ਼ਨ ਵਾਰਡ 'ਚ ਜਾਂਦਾ ਭਾਵੇਂ ਨੌਬਰ ਨਾ ਹੋ ਕੇ ਆ ਜਾਵੇ ਪਰ ਨਾ ਪਰਿਵਾਰ ਮਿਲਣ ਜਾ ਸਕਦਾ ਨਾ ਬੰਦਾ ਬਾਹਰ ਆ ਸਕਦਾ ਔਰ ਖੁਦਾ ਨਾ ਖਾਸਤਾ ਜਿਵੇਂ ਕਿਤੇ ਮਤਲਬ ਜਾਨ ਨਾ ਬਚੇ ਜੋ ਅੱਜ ਵਾਲੀ ਘਟਨਾ ਹੈ ਇਹ ਬੜੀ ਖਤਰਨਾਕ ਬਿਮਾਰੀ ਹੈ ਆਪਾਂ ਸਾਰਿਆਂ ਨੂੰ ਚੇਤਨਾ ਚਾਹੀਦਾ ਸਾਰਿਆਂ ਨੂੰ ਸਾਰੀਆਂ ਮਾਤਾਵਾਂ ਇਹ ਹੰਬੜਾ ਮਾਰਨ ਕਿ ਉਹਨਾਂ ਨੇ ਆਪਦੇ ਬੱਚਿਆਂ ਨੂੰ ਦੇਣੀ ਟੱਪਣ ਦੇਣੀ ਜਿਹੜਾ ਕੰਮ ਸਰ ਸਕਦਾ ਸਾਰੋ ਜਿਹੜਾ ਨਹੀਂ ਸਰਦਾ ਹੁਣ ਸਾਡੇ ਵਰਗਿਆਂ ਤਾਂ ਬਾਹਰ ਆਉਣੀ ਹੈ ਜਿਨ੍ਹਾਂ ਨੇ ਆਪਦੀ ਡਿਊਟੀ ਕਰਨੀ ਹੈ ਇਹਨਾਂ ਸ਼ਬਦਾਂ ਨਾਲ ਮੈਂ ਜਲੰਧਰ ਵਾਸੀਆਂ ਦਾ ਧੰਨਵਾਦ ਕਰਦਾ ਅਤੇ ਉਹ ਸਾਡੇ ਨਾਲ ਬਹੁਤ ਸਹਿਯੋਗ ਕਰ ਰਹੇ ਨੇ ਥੈਂਕ ਯੂ ਡਿਪਟੀ ਕਮਿਸ਼ਨਰ ਸਾਹਿਬ ਅਸੀਂ ਅੱਜ ਫਲੈਗ ਮਾਰਚ ਕਰ ਰਹੇ ਹਾਂ ਇਸ ਵੇਲੇ ਕਿਸ਼ਨਪੁਰਾ ਚੌਂਕ 'ਚ ਅਤੇ ਇੱਥੇ ਵੀ ਲੋਕਾਂ ਨਾਲ ਵੀ ਗੱਲਬਾਤ ਕੀਤੀ ਆ ਕੁਛ ਜਿਹੜੇ ਆਪਣੇ ਘਰਾਂ 'ਚ ਬੰਦ ਨੇ ਕੋਠਿਆਂ ਦੇ ਉੱਤੇ ਵੀ ਖੜ੍ਹੇ ਆ ਬੱਚਿਆਂ ਨਾਲ ਵੀ ਗੱਲ ਕੀਤੀ ਹੈ ਸਾਰੇ ਬੜੇ ਸੈਟਿਸਫਾਈਡ ਨੇ ਔਰ ਬੜਾ ਇਸ ਗੱਲ ਨੂੰ ਡਿਸਿਪਲਿਨ ਵੇ ਨਾਲ ਔਰ ਸੋਸ਼ਲ ਆਪਣੀ ਰਿਸਪੋਂਸਿਬਿਲਟੀ ਸਮਝ ਕੇ ਕਰਫਿਊ ਦੀ ਪਾਲਣਾ ਕਰ ਰਹੇ ਆ ਜਿਸ ਤਰ੍ਹਾਂ ਪਹਿਲਾਂ ਵੀ ਬੜੀ ਵਾਰੀ ਜ਼ਿਕਰ ਕੀਤਾ ਕਿ ਕੁਛ ਜਿਹੜੇ ਡੇਵੀਐਂਟ ਬਿਹੇਵੀਅਰ ਵਾਲੇ ਲੋਕ ਹਰੇਕ ਸਮਾਜ 'ਚ ਹਰੇਕ ਮੁਲਕ 'ਚ ਹੁੰਦੇ ਆ ਉਹਨਾਂ ਵਾਸਤੇ ਬੜੀ ਸਖਤੀ ਪੁਲਿਸ ਵਰਤ ਰਹੀ ਹੈ ਹਰ ਰੋਜ਼ FIR ਦਰਜ ਹੋ ਰਹੀਆਂ ਔਰ ਜਿਹੜੇ ਡੈਲੀਕੁਐਂਟ ਨੇ ਉਹਨਾਂ ਦੇ ਅਰੈਸਟ ਵੀ ਹੋ ਰਹੀ ਹੈ ਗੱਡੀਆਂ ਇੰਪਾਊਂਡ ਹੋਈਆਂ ਕਾਫੀ ਤਾਦਾਦ ਦੇ ਵਿੱਚ ਇਹ ਕਾਰਵਾਈ ਸਖਤ ਅਸੀਂ ਕੀਤੀ ਹੋਈ ਹੈ ਅਸੈਂਸ਼ਲ ਕਮੋਡਿਟੀਜ਼ ਦੀ ਜਿਹੜੀ ਸਪਲਾਈ ਬਾਰੇ ਵੀ ਲੋਕਾਂ ਦਾ ਬੜਾ ਜਿਹੜਾ ਫੀਡਬੈਕ ਬੜਾ ਸੈਟਿਸਫੈਕਟਰੀ ਹੈ ਪੁਲਿਸ ਦੇ ਮੁਲਾਜ਼ਮਾਂ ਦੇ ਵੀ ਵੈਲਫੇਅਰ ਅਸੀਂ ਨਾਲ ਨਾਲ ਦੇਖ ਰਹੇ ਹਾਂ ਜਿਵੇਂ ਸਾਡਾ ਪੁਲਿਸ ਲਾਈਨ ਦੇ ਹੋਸਪਿਟਲ ਦੇ ਡਾਕਟਰ ਨੇ ਉਹ ਸਾਰੇ ਨਾਕਿਆਂ 'ਤੇ ਜਾ ਕੇ ਇਹਨਾਂ ਨੂੰ ਚੈੱਕ ਕਰਦੇ ਆ ਇਹਨਾਂ ਕੋਲ ਸੈਨੇਟਾਈਜ਼ਰ ਸੋਪ ਕੱਲ੍ਹ ਵੀ ਅਸੀਂ ਕੁਛ ਨਵੀਆਂ ਚੀਜ਼ਾਂ ਖਰੀਦੀਆਂ ਜਿਵੇਂ ਸੋਪਸ ਦੀ ਕੋਈ ਕਮੀ ਆ ਗਈ ਸੀ ਪੁਰਾਣਾ ਯੂਜ਼ ਤੋਂ ਬਾਅਦ ਇਸੇ ਤਰ੍ਹਾਂ ਮਾਸਕ ਵੀ ਸਾਰਿਆਂ ਨੂੰ ਦਿੱਤੇ ਹੈ ਅਤੇ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਔਰ ਮਾਨਯੋਗ DG ਸਾਹਿਬ ਦੇ ਉਦੇਸ਼ ਨੇ ਉਹਦੇ ਮੁਤਾਬਕ ਸਾਰੀ ਫੋਰਸ ਤੱਕ ਅਸੀਂ ਕਨਵੇ ਕਰ ਰਹੇ ਹਾਂ ਬਹੁਤ ਸਪੋਰਟ ਮਿਲ ਰਹੀ ਹੈ ਸਾਡੇ ਹੈੱਡਕੁਆਟਰ ਤੋਂ ਔਰ ਉੱਪਰੋਂ ਔਰ ਜਿਹੜੀ CM ਸਾਹਿਬ ਦਾ ਇਹ ਡਿਸੀਜਨ ਹੈ ਮੈਂ ਪਬਲਿਕ ਨੂੰ ਇਹੀ ਕਹੂੰਗਾ ਕਿ ਬਹੁਤ ਟਾਈਮਲੀ ਲਿਆ ਗਿਆ ਸਭ ਨੂੰ ਇਹ ਦੇਖ ਰਿਹਾ ਜਦੋਂ ਵਿਸ਼ਵ ਦੇ ਬਾਕੀ ਦੇਸ਼ਾਂ ਨਾਲ ਇਹਨੂੰ ਕੰਪੇਅਰ ਕਰਦੇ ਹਾਂ ਤਾਂ ਮੇਰੀ ਸਭ ਨੂੰ ਇਹੀ ਅਪੀਲ ਹੈ ਜਲੰਧਰ ਵਾਸੀ ਪਹਿਲਾਂ ਹੀ ਬਹੁਤ ਲਾਅ ਅਬਾਈਡਿੰਗ ਨੇ ਕਾਨੂੰਨ ਨੂੰ ਮੰਨਦੇ ਐਡਮਿਨਿਸਟ੍ਰੇਸ਼ਨ ਪੁਲਿਸ ਦੀ ਮਦਦ ਕਰਦੇ ਆ ਆਪਾਂ ਆਪਣੇ ਫਾਇਦੇ ਵਾਸਤੇ ਹੈ ਕੋਈ ਥੋਪੀ ਹੋਈ ਚੀਜ਼ ਨਹੀਂ ਇਹਦੀ ਆਪਾਂ ਪਾਲਣਾ ਕਰੀਏ ਔਰ ਇਹਦੇ 'ਚ ਸਗੋਂ ਪੁਲਿਸ ਅਤੇ ਐਡਮਿਨਿਸਟ੍ਰੇਸ਼ਨ ਦੀ ਮਦਦ ਕਰੀਏ